ਤਿਉਹਾਰਾਂ ਦੇ ਦਿਨ ਸ਼ੁਰੂ ਹੋ ਚੁੱਕੇ ਹਨ, ਹਰ ਘਰ 'ਚ ਖੁਸ਼ੀਆਂ ਦਿਖਣੀਆਂ ਸ਼ੁਰੂ ਹੋ ਚੁੱਕੀਆਂ ਹਨ, ਪਰ ਜੋ ਅਨਾਥ ਹਨ ਉਹਨਾਂ ਦਾ ਕੀ ਹਾਲ ਹੈ ਇਹ ਜਾਣਨ ਦੇ ਲਈ ਸਾਡੀ ਟੀਮ ਪਹੁੰਚੀ ਵ੍ਰਿਧ ਆਸ਼ਰਮ। ਇਸ ਵ੍ਰਿਧ ਆਸ਼ਰਮ 'ਚ ਕਰੀਬ 40 ਅਜਿਹੇ ਬਜ਼ੁਰਗ ਹਨ ਜੋ ਆਪਣੇ ਘਰ ਤੋਂ ਬਹੁਤ ਦੂਰ ਰਹਿੰਦੇ ਹਨ। ਇੱਥੇ ਬੈਠੇ ਹਰ ਬਜ਼ੁਰਗ ਦੀ ਕਹਾਣੀ ਅਲੱਗ ਹੀ ਹੈ, ਜਿਸ ਨੂੰ ਸੁਣਨ ਤੋਂ ਬਾਅਦ ਅੱਖਾਂ 'ਚ ਹੰਝੂ ਆਉਣੇ ਲਾਜ਼ਮੀ ਹਨ। ਕਿਸੇ ਦੇ ਬੱਚੇ ਸਰਕਾਰੀ ਨੌਕਰੀ ਕਰ ਰਹੇ ਹਨ ਅਤੇ ਕੋਈ ਖੁਦ ਹੀ ਸਕੂਲਾਂ ਪ੍ਰਿੰਸੀਪਲ ਰਹਿ ਚੁੱਕੇ ਹਨ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਇੱਕ ਮਾਂ ਬਾਪ ਜੋ 4-4 ਬੱਚਿਆਂ ਨੂੰ ਪਾਲਦਾ ਹੈ, ਪਰ 4 ਬੱਚਿਆਂ ਤੋਂ ਇੱਕ ਮਾਂ ਬਾਪ ਨਹੀਂ ਪਾਲੇ ਜਾਂਦੇ। ਪਰ ਇੱਥੇ ਜੋ ਬਜ਼ੁਰਗ ਸਨ ਉਹਨਾਂ ਨੇ ਆਪਣੇ ਬੱਚਿਆਂ ਨੂੰ ਹੀ ਸਹੀ ਕਿਹਾ ਹੈ। ਉਹ ਕਹਿੰਦੇ ਹਨ ਕਿ ਸਾਡਾ ਘਰ 'ਚ ਦਿਲ ਨਹੀਂ ਲੱਗਦਾ ਸੀ, ਇਸ ਲਈ ਉਹ ਵ੍ਰਿਧ ਆਸ਼ਰਮ 'ਚ ਆ ਗਏ। ਉਹਨਾਂ ਦਾ ਕਹਿਣਾ ਸੀ ਕਿ ਇੱਥੇ ਦੇ ਲੋਕ ਸਾਨੂੰ ਘਰ ਤੋਂ ਵਧੀਆ ਪਿਆਰ ਦਿੰਦੇ ਹਨ, ਸਾਡੀ ਚੰਗੀ ਤਰ੍ਹਾਂ ਨਾਲ ਦੇਖਭਾਲ ਕਰਦੇ ਹਨ ਤੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦੇ। ਸਮੇਂ ਤੇ ਸਾਨੂੰ ਚਾਹ, ਨਾਸ਼ਤਾ ਅਤੇ ਰੋਟੀ ਮਿਲਦੀ ਹੈ, ਹੋਰ ਸਾਨੂੰ ਕੀ ਚਾਹੀਦਾ ਹੈ। ਪਰ ਉਹਨਾਂ ਦੀ ਅੱਖਾਂ 'ਚ ਜੋ ਆਪਣੇ ਘਰ ਦੇ ਪ੍ਰਤੀ ਦਰਦ ਰੁਕਦਾ ਸੀ, ਉਹ ਸਾਫ਼ ਬਿਆਨ ਕਰ ਰਿਹਾ ਸੀ ਕਿ ਇਹਨਾਂ ਨੂੰ ਕਿਸੇ ਮਜਬੂਰੀ ਕਾਰਨ ਇੱਥੇ ਛੱਡਿਆ ਗਿਆ ਹੈ। ਹਾਂਜੀ, ਕੀ ਨਾਮ ਤੁਹਾਡਾ ਜੀ? ਬਲਵਿੰਦਰ ਕੌਰ। ਬਲਵਿੰਦਰ ਜੀ, ਕਿੱਥੋਂ ਆਏ ਜੀ ਤੁਸੀਂ? ਅਸੀਂ ਸੋਈਆਂ ਕਲਾਂ ਦੇ। ਕੀ ਹੋਇਆ, ਕਿਉਂ ਇੱਥੇ ਪਹੁੰਚੇ? ਇੱਦਾਂ ਹੀ ਬਸ, ਕਿਸਮਤ ਆਪਣੀ ਇੱਥੇ ਲੈ ਆਈ ਸਾਡੇ। ਕੀ ਹੋਇਆ, ਭਾਣਾ ਕੀ ਬੀਤਿਆ ਸੀ? ਕੁਛ ਵੀ ਨਹੀਂ ਭਾਣਾ, ਬੱਚੇ ਬੱਚਿਆਂ ਨੇ ਨਹੀਂ, ਮੇਰੀ ਸੱਸ ਨੇ ਕੱਢਿਆ ਮੈਨੂੰ। ਸੱਸ ਨੇ ਕੱਢ ਦਿੱਤਾ? ਕੀ ਕਿ ਕਾਹਦੇ ਵਾਸਤੇ ਕੱਢਿਆ ਸੀ? ਮੇਰਾ ਘਰ ਵਾਲਾ ਸ਼ਰਾਬ ਸ਼ਰੂਬ ਪੀਂਦਾ ਸੀ ਜ਼ਿਆਦਾ, ਉਹ ਸੱਸ ਦੀ ਮੰਨਦਾ ਸੀ। ਬਾਕੀ ਤੁਹਾਨੂੰ ਪਤਾ ਹੀ ਜਿਵੇਂ ਦੀਆਂ ਸੱਸਾਂ ਹੁੰਦੀਆਂ, ਬੱਚੇ ਉਹਨਾਂ ਰੱਖ ਲਏ, ਬੱਚਿਆਂ ਦੀ ਕਹਿੰਦੇ ਕਿ ਅਸੀਂ ਬੱਚਿਆਂ ਦੀ ਜ਼ਿੰਮੇਵਾਰੀ ਲੈ ਸਕਦੇ ਹਾਂ ਅਤੇ ਤੁਹਾਡੀ ਜ਼ਿੰਮੇਵਾਰੀ ਨਹੀਂ ਲੈ ਸਕਦੇ, ਬੱਚੇ ਪਾਲ ਸਕਦੇ ਮਤਲਬ ਤੁਹਾਨੂੰ ਨਹੀਂ ਰੱਖ ਸਕਦੇ। ਦੋ ਬੇਟੇ। ਯਾਦ ਆਉਂਦੀ? ਯਾਦ ਤਾਂ ਆਉਂਦੀ ਆ, ਮੈਂ ਨਹੀਂ ਇੰਟਰਵਿਊ ਦੇਣੀ। ਕਿਉਂ ਦੇ ਸਕਦੀ? ਗੱਲਾਂ ਡੂੰਘਾਈ ਵਿੱਚ ਨਹੀਂ ਕਰ ਸਕਦੀ, ਜਿਵੇਂ ਤੁਸੀਂ ਪੁੱਛਦੇ ਹੋ ਨਾ ਐਵੇਂ ਨਹੀਂ ਮੈਂ ਕਰ ਸਕਦੀ। ਦਿਲ ਵਿੱਚ ਰੋਣਾ ਆਉਂਦਾ ਹੈ, ਕੀ ਆਉਂਦਾ ਹੈ? ਦੁੱਖ ਤਾਂ ਹੁੰਦਾ ਹੀ ਹੈ ਨਾ, ਜਦੋਂ ਆਪਾਂ ਯਾਦ ਕਰਾਂਗੇ ਕਿਸੇ ਚੀਜ਼ ਨੂੰ, ਜਿਹੜੇ ਸਾਡੇ ਤੋਂ ਦੂਰ ਹੈ ਉਹਨੂੰ ਆਪਾਂ ਯਾਦ ਕਰਾਂਗੇ ਤਾਂ ਉਹਦਾ ਦੁੱਖ ਤਾਂ ਆਊਗਾ ਹੀ ਸਾਨੂੰ, ਰੋਣਾ ਚਾਹੁੰਦਾ। ਦੁੱਖ ਨੂੰ ਯਾਦ ਨਹੀਂ ਕਰਨਾ ਚਾਹੁੰਦੇ ਤੁਸੀਂ? ਮੈਂ ਨਹੀਂ ਯਾਦ ਕਰਨਾ ਚਾਹੁੰਦੀ। ਤੁਹਾਡੇ ਹਸਬੰਡ ਕੀ ਕੰਮ ਕਰਦੇ? ਉਹ ਮਿਲਟਰੀ 'ਚ। ਰਿਟਾਇਰ ਹੋਏ? ਹਾਂਜੀ, ਰਿਟਾਇਰ ਹੋਏ। ਉਹ ਇਸ ਵੇਲੇ ਕਿੱਥੇ? ਇਸ ਵੇਲੇ ਘਰੇ ਨੇ, ਉਹ ਕਮਰੇ 'ਚ ਹੀ ਬੰਦ ਰਹਿੰਦੇ, ਉਹਦੇ ਬਾਰੇ ਜੋ ਮਰਜ਼ੀ ਪੁੱਛੀ ਜਾਓ। ਬੱਚਿਆਂ ਬਾਰੇ ਨਾ ਪੁੱਛੋ। ਉਹਨੂੰ ਤਾਂ ਮਿਲਣ ਆਉਂਦੇ ਇੱਥੇ ਕਿ ਨਹੀਂ? ਨਹੀਂ। ਬੱਚੇ ਆਉਂਦੇ ਜੀ ਮਿਲਣ ਵਾਸਤੇ ਤੁਹਾਨੂੰ? ਨਹੀਂ, ਬੱਚੇ ਨਹੀਂ ਆਉਂਦੇ। ਫੇਮ ਲਤਾ ਜੀ, ਕੀ ਕਹਿਣਾ ਚਾਹੋਗੇ ਅੱਜ ਕਰਵਾ ਚੌਥ ਦਾ ਵਰਤ? ਅੱਜ ਕਰਵਾ ਚੌਥ ਦਾ ਵਰਤ ਹੈ ਬੇਟਾ, ਬੜਾ ਸ਼ੁਭ ਦਿਹਾੜਾ। ਇਹ ਵਰਤ ਸਦੀਆਂ ਤੋਂ ਦੇਵੀ ਦੇਵਤਿਆਂ ਤੋਂ ਮੰਨਿਆ ਜਾਏ ਤਾਂ ਸਾਡੇ ਪਰਿਵਾਰਾਂ 'ਚ ਚੱਲਦਾ ਆ। ਇਸ ਵਰਤ ਨੂੰ ਬੜੇ ਚਾਹ ਅਤੇ ਉਤਸ਼ਾਹ ਨਾਲ ਸਾਡੀਆਂ ਲੜਕੀਆਂ, ਬਹੂਆਂ, ਔਰਤਾਂ ਘਰੇਲੂ ਮਨਾਉਂਦੀਆਂ ਨੇ, ਉਹ ਵੀ ਮਨਾਉਂਦੀਆਂ ਨੇ, ਉਹਨਾਂ ਦੇ ਘਰ ਵਾਲੇ ਵੀ ਮਨਾਉਂਦੇ ਨੇ ਨਾਲ, ਪੂਰਾ ਸਹਿਯੋਗ ਦਿੰਦੇ ਔਰ ਖੂਬ ਖਰੀਦਦਾਰੀ ਹੁੰਦੀ ਆ, ਖਾਣਾ ਪੀਣਾ ਵਧੀਆ, ਵਰਤ ਦਾ ਸਮਾਨ ਆਉਂਦਾ ਘਰਾਂ 'ਚ। ਸਵੇਰੇ ਤੜਕੇ ਉੱਠ ਕੇ ਸਰਗੀ ਖਾਈ ਜਾਂਦੀ ਆ, ਗੌਰਾ ਮਾਤਾ ਦੀ ਅਰਦਾਸ ਕੀਤੀ ਜਾਂਦੀ ਆ, ਸ਼ਾਮ ਵੇਲੇ ਚੰਦਰਮਾ ਨੂੰ ਦੇਖ ਕੇ ਅਰਗ ਦਿੱਤਾ ਜਾਂਦਾ, ਪੂਜਾ ਕੀਤੀ ਜਾਂਦੀ ਆ, ਫਿਰ ਪਤੀ ਦੀ ਸੇਵਾ 'ਚ, ਪਰਿਵਾਰ ਦੀ ਸੇਵਾ 'ਚ। ਪੂਰਾ ਜਦੋਂ ਵਰਤ ਆਉਂਦਾ ਸੀ, ਪਹਿਲਾਂ ਵਰਤ ਆਉਂਦਾ ਸੀ, ਉਦੋਂ ਸਾਰਾ ਪਰਿਵਾਰ ਇਕੱਠਾ ਹੁੰਦਾ ਸੀ ਅਤੇ ਖੁਸ਼ੀ ਹੁੰਦੀ ਸੀ, ਅਤੇ ਹੁਣ ਤੁਸੀਂ ਇਸ ਵੇਲੇ ਇੱਥੇ ਬ੍ਰਿਧ ਆਸ਼ਰਮ ਵਿੱਚ? ਬਈ ਇੱਥੇ ਇਹ ਗੱਲ ਇਹ ਹੈ ਨਾ, ਇੱਥੇ ਆਉਣ ਦਾ ਮਕਸਦ ਮੇਰਾ ਕਿ ਪਰਿਵਾਰ ਨੂੰ ਛੱਡਣਾ, ਜਾਂ ਪਰਿਵਾਰ ਨੇ ਮੈਨੂੰ ਤਿਆਗਿਆ ਨਹੀਂ ਆ। ਪਰਿਵਾਰ ਮੇਰੇ 'ਚ ਇੱਕ ਮੇਰੀ ਬੇਟੀ ਆ, ਬੇਟੀ ਦੇ ਘਰ ਮਾਂ ਦਾ ਵਸੇਬਾ ਹੈ, ਇਹ ਵੀ ਬੜੀ ਸਚੱਲੀ ਆਈ ਸੱਚਾਈ ਆ, ਸੋ ਇਸ ਕਰਕੇ
ਉਹ ਮੇਰਾ ਖਰਚਾ ਝੱਲਦੇ ਨੇ, ਮੈਨੂੰ ਮੰਨਦੇ ਨੇ ਬੱਚੇ, ਮੇਰੀ ਬੇਟੀ ਨੇ ਤੇ ਮੰਨਣਾ ਹੀ ਮੰਨਣਾ, ਮੇਰੀ ਬੇਟੀ ਦੇ ਨਾਲ ਜਿਹੜੀਆਂ ਦੋ ਦੀਆਂ ਫਰੈਂਡ ਨੇ ਉਹ ਵੀ ਮੈਨੂੰ ਬਰਦਾਸ਼ਤ ਕਰਦੀਆਂ, ਉਹ ਵੀ ਮੇਰੀ ਸਹਾਇਤਾ ਕਰਦੀਆਂ। ਮੈਂ ਬੇਟੀਆਂ ਵੱਲੋਂ ਬੜੀ ਸੰਤੁਸ਼ਟ ਹਾਂ, ਮੈਂ ਬੇਟੀਆਂ ਦੀ ਮਾਂ ਵਾਂ, ਇੱਕ ਕਿਸਮ ਦੀ ਚਾਰ ਬੇਟੀਆਂ ਦੀ ਮਾਂ, ਜਨਮ ਦੀ ਮੇਰੀ ਇੱਕ ਬੇਟੀ ਆ, ਮੰਨਣ ਵਾਲੀਆਂ ਮੇਰੀਆਂ ਚਾਰ ਜਿਹੜੀਆਂ ਮੇਰਾ ਸਹਾਰਾ ਬਣੀਆਂ। ਪ੍ਰਕਾਸ਼ ਸਿੰਘ ਢਿੱਲੋਂ, ਪ੍ਰੋਫੈਸ਼ਨ ਕੀ ਸੀ ਤੁਹਾਡਾ ਸਟਾਰਟਿੰਗ? ਮੇਰਾ ਟੀਚਿੰਗ ਪ੍ਰੋਫੈਸ਼ਨ ਹੀ ਰਿਹਾ ਫਰੋਮ ਦਾ ਵੈਰੀ ਬਿਗਨਿੰਗ। ਪ੍ਰਿੰਸੀਪਲ ਵੀ ਰਹਿ ਚੁੱਕੇ? ਪ੍ਰਿੰਸੀਪਲ ਮੈਂ ਹੁਣੇ ਪ੍ਰਿੰਸੀਪਲਸ਼ਿਪ ਛੱਡੀ ਹੈ ਅੱਜ ਤੋਂ ਕੋਈ ਦੋ ਮਹੀਨੇ ਪਹਿਲਾਂ। ਇੱਥੇ ਆਉਣ ਦਾ ਕਾਰਨ ਕੀ ਹੈ? ਇੱਥੇ ਆਉਣ ਦਾ ਕਾਰਨ ਘਰ ਦੇ ਵਿੱਚ, ਮਤਲਬ ਲੜਕਾ ਚੰਡੀਗੜ੍ਹ ਬੇਸਡ ਹੈ, ਇੱਥੋਂ ਲੜਕਾ ਹੈ, ਅਤੇ ਦੋਵਾਂ ਦਾ ਵਿਹਾਰ ਕੁਛ ਐਡਾ ਚੰਗਾ ਨਹੀਂ ਸੀ। ਮੇਰੀ ਵਾਈਫ ਤੋਂ ਮਰਨ ਤੋਂ ਬਾਅਦ, ਵਾਈਫ ਦੀ 16 ਦਸੰਬਰ ਨੂੰ ਪਿੱਛੇ ਡੈਥ ਹੋਈ ਸੀ, ਉਸ ਤੋਂ ਬਾਅਦ ਫਿਰ ਮੈਂ ਸੋਚਿਆ ਕਿ ਮਤਲਬ ਇਹੋ ਜਿਹੇ ਵਿਹਾਰ ਦੇ ਵਿੱਚ, ਮਤਲਬ ਇਸ ਉਮਰ ਦੇ ਵਿੱਚ ਰਹਿਣਾ ਬਹੁਤ ਔਖਾ, ਅਤੇ ਮੈਂ ਫਿਰ ਇਸ ਕਰਕੇ ਫਿਰ ਘਰ ਛੱਡ ਕੇ ਅਤੇ ਪੀ ਜੀ ਲੈ ਕੇ ਚਲੇ ਗਿਆ। ਪੀ ਜੀ ਮੈਂ ਲਿਆ ਆਪਣੇ ਸਕੂਲ ਦੇ ਨੇੜੇ ਜਿੱਥੇ ਮੈਂ ਪ੍ਰਿੰਸੀਪਲ ਸੀ, ਅਤੇ ਹੁਣ ਮੈਂ ਫਿਰ ਮੇਰੇ ਕੋਲ ਹੁੰਦਾ ਨਹੀਂ ਸੀ, ਮੇਰੇ ਕਮਰ ਦੇ ਵਿੱਚ ਸੱਟ ਲੱਗ ਗਈ ਸੀ ਅਤੇ ਮੈਨੂੰ ਮੇਰੇ ਕੋਲ ਨਾ ਜ਼ਿਆਦਾ ਦੇਰ ਬੈਠਾ ਜਾਂਦਾ ਸੀ ਨਾ ਖੜ੍ਹੇ ਹੋਇਆ ਜਾਂਦਾ ਸੀ, ਉਹ ਫਿਰ ਮੈਂ ਜੋਬ ਛੱਡਤੀ। ਨਹੀਂ, ਆਪਣੇ ਬੱਚੇ ਦੀ ਗੱਲ ਇਸ ਤਰ੍ਹਾਂ ਕਿ ਇਹ ਥੋੜ੍ਹਾ ਜਿਹਾ ਫਰਕ ਪੈ ਜਾਂਦਾ ਹੈ। ਫਰਕ ਕੀ ਪੈ ਜਾਂਦਾ ਹੈ? ਸਿੱਖਿਆ ਉਸ ਬੱਚੇ ਨੂੰ ਦਿੱਤੀ ਜਾਂਦੀ ਹੈ ਜਿਹਦਾ ਥੋੜ੍ਹਾ ਬਹੁਤਾ ਮੈਂਟਲ ਕੁਐਸ਼ਨ ਠੀਕ ਹੋਵੇ, ਜਿਹਦਾ ਦਿਮਾਗੀ ਪੱਧਰ ਕੋਈ ਥੋੜ੍ਹਾ ਬਹੁਤਾ ਠੀਕ ਹੋਵੇ। ਜਿਹਦਾ ਦਿਮਾਗੀ ਪੱਧਰ ਠੀਕ ਨਾ ਹੋਵੇ ਉਹਨੂੰ ਮਤਲਬ ਦਵਾਈ ਦਿੱਤੀ ਜਾ ਸਕਦੀ ਆ, ਉਹਨੂੰ ਹੋਰ ਐਜੂਕੇਟ ਨਹੀਂ ਕੀਤਾ ਜਾ ਸਕਦਾ। ਤੋ ਮੈਂ ਫਿਰ ਇਹ ਆ ਕਿ ਦਵਾਈ ਦੇ ਨਹੀਂ ਸਕਦਾ, ਮੇਰਾ ਬੇਟਾ ਹੁੰਦਾ ਤਾਂ ਉਹਨੂੰ ਦੇ ਦਿੰਦਾ, ਪਰ ਉਹ ਤਾਂ ਬਿਲਕੁਲ ਠੀਕ ਠਾਕ ਹੈ, ਅਤੇ ਨੂੰਹ ਨੂੰ ਮੈਂ ਨਹੀਂ ਸੀ ਦੇ ਸਕਦਾ। ਉਹਦਾ ਦਿਮਾਗੀ ਪੱਧਰ ਠੀਕ ਨਹੀਂ, ਮੈਡੀਕਲੀ ਉਹ ਮਤਲਬ ਅਨਫਿਟ ਹੈ, ਤੋ ਉਹਦਾ ਕਰਕੇ ਉਹਦੀ ਵਿਆਹ ਤੋਂ ਪਹਿਲਾਂ ਤੋਂ ਦਵਾਈ ਚੱਲਦੀ ਹੈ ਦਿਮਾਗ ਦੀ, ਅੱਜ ਤੱਕ ਵੀ ਚੱਲ ਰਹੀ ਹੈ, ਹੁਣ ਤੱਕ ਵੀ ਚੱਲ ਰਹੀ ਹੈ, ਅਤੇ ਉਹ ਜਦੋਂ ਫਿਰ ਨਹੀਂ ਦਵਾਈ ਖਾਂਦੀ ਤਾਂ ਉਹ ਦੌਰਾ ਪੈ ਜਾਂਦਾ, ਉਹ ਫਿਰ ਇੱਧਰ ਉੱਧਰ ਦੀਆਂ ਮਾਰਦੀ ਆ, ਫਿਰ ਟੋਇਲਟ ਨਹੀਂ ਹੁੰਦੀਆਂ। ਇਸ ਕਰਕੇ ਆਪਾਂ ਨਿਕਲਣ ਦਾ ਕਾਰਨ ਨੂੰਹ ਨੂੰ ਮੰਨਾਂਗੇ? ਨੂੰਹ, ਐਬਸੋਲੂਟਲੀ, ਮਤਲਬ ਨੂੰਹ ਹੀ ਕਾਰਨ ਹੈ, ਕਿਉਂਕਿ ਛੋਟਾ ਪਰਿਵਾਰ ਆ, ਨੂੰਹ ਦੀਆਂ ਮਤਲਬ ਇਹ ਲਾਇਲਾਜ ਬਿਮਾਰੀਆਂ ਹੋਣ ਕਰਕੇ ਡਾਕਟਰ ਨੇ ਮਤਲਬ ਬੱਚਿਆਂ ਨੂੰ ਆਖਿਆ ਇਹਦਾ ਦੁੱਧ ਨਹੀਂ ਦੇਣਾ, ਤੋ ਪਹਿਲੇ ਦਿਨ ਤੋਂ ਅਸੀਂ ਪਾਲੇ ਆ, ਮਤਲਬ ਮੈਂ ਅਤੇ ਮੇਰੀ ਵਾਈਫ ਨੇ ਆਪ ਅਸੀਂ ਆਰਟੀਫਿਸ਼ਲ ਫੀਡਿੰਗ ਕਰ ਕਰਕੇ ਉਹਨਾਂ ਨੂੰ ਪਾਲਿਆ, ਨਹਾਉਣਾ ਧੋਣਾ, ਉਹਨੇ ਹੱਥ ਨਹੀਂ ਲਾਇਆ। ਪੁਰਾਣੇ ਦਿਨ ਯਾਦ ਆਉਂਦੇ? ਪੁਰਾਣੇ ਦਿਨ ਸਾਰੇ ਪਰਿਵਾਰ ਇਕੱਠੇ ਬੈਠੇ ਹੁੰਦੇ ਸੀ? ਪੁਰਾਣੇ ਦਿਨ ਮਤਲਬ ਮੈਨੂੰ ਸਾਰੇ ਯਾਦ ਆ, ਨਵੇਂ ਹੁਣ ਹੌਲੀ ਹੌਲੀ ਭੁੱਲਦੇ ਜਾਂਦੇ ਆ। ਮੇਰਾ ਨਾਂ ਰਜਿੰਦਰ ਸਿੰਘ ਭੁੱਲਰ ਜੀ। ਕੀ ਇੱਥੋਂ ਦੀ ਸਫ਼ਰ? ਇੱਥੋਂ ਦਾ ਮੈਨੂੰ ਟਰੱਸਟੀਆਂ ਨੇ ਪ੍ਰੈਜ਼ੀਡੈਂਟ ਬਣਾਇਆ। ਕੀ ਕਹਿਣਾ ਚਾਹੋਗੇ, ਕਿੰਨੇ ਬਜ਼ੁਰਗ ਤੁਹਾਡੇ ਕੋਲ ਇਸ ਵੇਲੇ ਇੱਥੇ? ਬਜ਼ੁਰਗ ਸਾਡੇ ਕੋਲ 35 ਨੇ ਜੀ, ਜਿਹਦੇ 'ਚ 17 ਲੇਡੀਜ਼ ਨੇ ਅਤੇ 17-18 ਜੈਂਟਸ ਨੇ। ਵੱਖ ਵੱਖ ਕਾਰਨ ਨੇ ਇੱਥੇ ਪਹੁੰਚਣ ਦੇ, ਜ਼ਿਆਦਾ ਕਾਰਨ ਕੀ ਅਸੀਂ ਮੰਨਾਂਗੇ? ਬੱਚਿਆਂ ਨੇ ਜ਼ਿਆਦਾ ਕਾਰਨ ਇਹੋ ਹੀ ਹੈ ਜੀ, ਘਰ ਦੇ ਵਿੱਚ ਡਿਸਪਿਊਟ ਹੈ ਬੱਚਿਆਂ ਦੇ, ਕੁਛ ਤੇ ਜਿਹੜੇ ਬੱਚੇ ਨੇ ਛੋਟੀ ਫੈਮਿਲੀ ਹੋਣ ਕਰਕੇ ਜਿਹੜੇ ਆ, ਕੁਛ ਬੱਚੇ ਬਾਹਰ ਚਲੇ ਗਏ ਵਿਦੇਸ਼ਾਂ 'ਚ, ਉਹ ਰਹਿ ਗਏ ਨੇ ਕੁਛ, ਕਈਆਂ ਬੱਚਿਆਂ ਕਈ ਬਜ਼ੁਰਗਾਂ ਦੀਆਂ ਧੀਆਂ ਨੇ ਉਹ ਮਤਲਬ ਕਿ ਨਹੀਂ ਰੱਖ ਸਕਦੀਆਂ, ਉਹਦੇ ਕਰਕੇ ਬਜ਼ੁਰਗ ਸਾਡੇ ਕੋਲ ਆ ਜਾਂਦੇ। ਕਈਆਂ ਦੇ ਘਰ ਦੇ ਵਿੱਚ ਡਿਸਪਿਊਟ ਹੋ ਜਾਂਦਾ ਹੈ, ਨੂੰਹਾਂ ਜਿਹੜੀਆਂ ਉਹ ਆਖੇ ਨਹੀਂ ਲੱਗਦੀਆਂ, ਅਤੇ ਫਿਰ ਲੜਾਈ ਝਗੜਾ ਹੁੰਦਾ ਹੈ, ਉਹਦੇ ਨਾਲੋਂ ਬੱਚੇ ਸਮਝਦੇ ਕਿ ਅਸੀਂ ਬਿਰਧ ਆਸ਼ਰਮ ਛੱਡ ਆਈਏ ਅਤੇ ਜ਼ਿਆਦਾ ਬੈਠੇ। ਮੇਨ ਕਾਰਨ ਅਸੀਂ ਝਗੜਾ ਮੰਨਦੇ ਹਾਂ, ਜੇ ਬੱਚੇ ਛੱਡ ਕੇ ਜਾਂਦੇ ਉਹ ਲਗਾਤਾਰ ਆਉਂਦੇ ਨੇ ਕਿ ਕੁਛ ਦੇ ਆਉਂਦੇ ਹੀ ਨਹੀਂ?
ਨਹੀਂ ਬੱਚੇ ਤਕਰੀਬਨ ਕਈਆਂ ਦੇ ਤਾਂ ਆਉਂਦੇ, ਕਈਆਂ ਦੇ ਚਾਰ ਚਾਰ ਛੇ ਛੇ ਮਹੀਨੇ ਆਉਂਦੇ ਹੀ ਨੇ, ਕਈਆਂ ਦੇ ਤਾਂ ਮਹੀਨੇ ਬਾਅਦ ਆ ਰਹੇ ਨੇ, ਅਤੇ ਕਈਆਂ ਦੇ ਤਾਂ ਬੱਚੇ ਜਿਹੜੇ ਆ ਮੇਰੇ ਖਿਆਲ ਅਸੀਂ ਵੇਖੇ ਵੀ ਨਹੀਂ ਕਿ ਕਦੀ ਆਏ ਕਿ ਨਹੀਂ। ਮਾਂ ਪਿਓ ਜਿਹੜਾ ਉਹ ਜਿਹੜੇ ਬਜ਼ੁਰਗ ਨੇ ਉਹ ਬੱਚਿਆਂ ਨੂੰ ਮਿਲਣ ਚਲੇ ਜਾਂਦੇ। ਉਹਨਾਂ ਵਾਸਤੇ ਕੀ ਸਿੱਖਿਆ ਵਾ ਜਿਹੜੇ ਬੱਚੇ ਆਪਣੇ ਮਾਂ ਬਾਪ ਨੂੰ ਘਰੋਂ ਕੱਢ ਦਿੰਦੇ? ਦੇਖੋ ਜੀ, ਸਾਡਾ ਸੰਸਕਾਰ ਜਿਹੜੀ ਹੈਗੀ ਆ, ਸੰਸਕਾਰ ਜਿਹੜੇ ਆ ਉਹ ਤਾਂ ਇਹੋ ਕਹਿੰਦੇ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ। ਹਾਂਜੀ, ਮਾਤਾ ਪਿਤਾ ਦੀ ਸੇਵਾ ਸਭ ਤੋਂ ਉੱਤਮ ਹੈ। ਜਿਹੜਾ ਆਦਮੀ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦਾ ਉਹ ਤ੍ਰਿਗ ਹੈ, ਉਹਦਾ ਤ੍ਰਿਗ ਜੀਣਾ ਹੈ, ਚਾਹੇ ਉਹ ਕੋਈ ਵੀ। ਬੁਲੰਦ ਨਿਊਜ਼ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।